ਨੂੰ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇਹ ਸਿਰਫ ਇੱਕ ਪਾਕਿਸਤਾਨ ਦਾ ਪਾਲਿਆ ਹੋਇਆ ਇੱਕ ਏਜੰਟ ਹੈ ਗੁਰਪਤਵੰਤ ਸਿੰਘ ਪੰਨੂ ਰੈਫਰੈਂਡਮ 2020 ਆਪਣੇ ਆਪ ਨੂੰ ਸਿੱਖਾਂ ਦਾ ਹਮਦਰਦ ਦੱਸਣ ਵਾਲੇ ਨੂੰ ਮਨਜਿੰਦਰ ਸਿੰਘ ਬਿੱਟਾ ਵੱਲੋਂ ਖਾਲਿਸਤਾਨ ਮੁੱਦੇ ਤੇ ਟੁਕਵਾਂ ਜਵਾਬ ਆ ਦੇਖੋ ਮਨਜਿੰਦਰ ਸਿੰਘ ਬਿੱਟਾ ਕੀ ਕਹਿ ਰਹੇ ਨੇ 2020 ਨਾਂ ਲੈਂਦਾ ਸੀ ਤੇ ਇਹਨੇ ਪ੍ਰਦਰਸ਼ਨ ਕੀਤਾ ਸੀ ਸਾਲ ਜਾਂ ਡੇਢ ਸਾਲ ਪਹਿਲਾਂ ਬੜੇ ਪ੍ਰਦਰਸ਼ਨ ਅਸੀਂ ਕਰਦੇ ਹਾਂ ਤੇ ਜਦੋਂ ਉਦੋਂ ਬੜਾ ਰੌਲਾ ਸੀ ਮੀਡੀਆ ਨੇ ਇਹਨੂੰ ਬੜਾ ਚੁੱਕਿਆ ਪਤਾ ਨੀ ਕੀ ਤੂਫਾਨ ਦੁਨੀਆਂ ਦੇ ਵਿੱਚੋਂ ਖੜਾ ਹੋ ਰਿਹਾ ਪੰਜਾਬ 'ਚ ਖਾਲਿਸਤਾਨ ਬਣ ਲੱਗਾ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲ ਚੁੱਕੇ ਹਾਂ ਨਾ ਬਣਿਆ ਸੀ ਨਾ ਬਣਨ ਦਿੱਤਾ ਨਾ ਬਣੇਗਾ ਨਾ ਬਣਨ ਦਿਆਂਗੇ ਬਣੇਗਾ ਤੇ ਗੰਦੇ ਹਨੇਰੀ ਦੀ ਤਰ੍ਹਾਂ ਸਾਡੀਆਂ ਲਾਸ਼ਾਂ ਤੋਂ ਪਹਿਲੇ ਦੇ ਵਾਂਗੂ ਗੁਜ਼ਰ ਕੇ ਚਲੇ ਜਾਏਗਾ ਤਖਤੀਆਂ ਲੈ ਕੇ ਰੋਗਾ ਗ੍ਰਿਫਤਾਰ ਕਰੋ ਇਹਨਾਂ ਨੂੰ ਇਹਦਾ 2020 ਦਾ ਫੇਲ ਕਰਤਾ ਹੁਣ ਇਸ ਵੇਲੇ ਇਹਨੇ ਸ਼ੁਰੂ ਕੀਤਾ ਹੈ ਇੱਕ ਤਰਫ ਪਾਕਿਸਤਾਨ ਇੱਕ ਤਰਫ ਚਾਈਨਾ ਇਹ ਚਾਈਨਾ ਦੇ ਪੱਖ ਦੀ ਵੀ ਗੱਲ ਕਰਦਾ ਇਹ ਪਾਕਿਸਤਾਨ ਦੇ ਵੀ ਪੱਖ ਦੀ ਗੱਲ ਕਰਦਾ ਇੱਕ ਪਾਸੇ ਨੇਪਾਲ ਇੱਕ ਪਾਸੇ ਦੁਨੀਆਂ 'ਚ ਮਹਾਮਾਰੀ ਇਸ ਵੇਲੇ ਤਾਂ ਲੋਕਾਂ ਹਾਵੀ ਮੌਤ ਦੇ ਸਾਏ ਦੇ ਵਿੱਚ ਬੈਠਾ ਇਹਨੂੰ ਹੁਣ ਖਾਲਿਸਤਾਨ ਯਾਦ ਆਉਂਦਾ ਮੈਂ ਸਵਾਲ ਪੁੱਛਣਾ ਚਾਹੁੰਦਾ ਖਾਲਿਸਤਾਨ ਯਾਦ ਆਉਂਦਾ ਇਹਨੂੰ ਗੁਰਤੇਜ ਸਿੰਘ ਯਾਦ ਆਉਂਦਾ ਸਰਦਾਰ ਗੁਰਤੇਜ ਸਿੰਘ ਜਿਸ ਚਾਈਨਾ ਦੀ ਪਾਕਿਸਤਾਨ ਦੀ ਇਹ ਮਦਦ ਕਰਦਾ ਹੈ ਤੁਹਾਡਾ ਪੰਨੂ ਉਹ ਗੁਰਤੇਜ ਸਿੰਘ ਅੰਮ੍ਰਿਤਧਾਰੀ ਸਿੰਘ ਜਦੋਂ ਵਾਰ ਕੀਤਾ ਚਾਈਨਾ ਨੇ ਉਹਦੇ ਤੇ ਕੱਲੇ ਨੇ ਗੁਰੂ ਮਹਾਰਾਜ ਜੀ ਸ੍ਰੀ ਸਾਹਿਬ ਕੱਢ ਕੇ ਬੋਲੇ ਸੋਹਣਿਆਲ ਕਹਿ ਕੇ ਕੀ ਕਿਹਾ ਉਹਨੇ ਸਵਾ ਲੱਖ ਮੈਂ ਏਕ ਲੜਾਊ ਫਿਰ ਗੋਬਿੰਦ ਨਾਮ ਕਹਿਲਾਊ ਦੱਸ ਕੇ 12 ਚੀਨੀਆਂ ਨੂੰ ਮੌਤ ਦੇ ਘਰ ਉਠਾਤਾ ਇਹ ਪੰਨੂ ਉਸ ਦੇਸ਼ਾਂ ਦੀ ਮਦਦ ਕਰਦਾ ਜਿਹੜੇ ਸਾਡੇ ਸਿੰਘ ਸੋਹਣੇ ਸੱਜੇ ਸਰਦਾਰ ਅੰਮ੍ਰਿਤਧਾਰੀ ਸਿੰਘ ਜਿਹੜੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ ਉਹਨਾਂ ਦੇ ਉਹਨਾਂ ਨੂੰ ਜਿਹੜੇ ਅੱਤਵਾਦੀਆਂ ਨੂੰ ਜਿਹਨਾਂ ਨਾਲ ਲੜਦੇ ਨੇ ਇਹ ਉਹਨਾਂ ਦੀ ਗੱਲ ਕਰਦਾ ਜਿਹਨਾਂ ਉਹ ਜਵਾਨਾਂ ਦੇ ਸਿਰਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰ ਦਿੰਦੇ ਨੇ ਇਹ ਗੱਲ ਕਰਦਾ ਹੈ ਇਹ ਉਹਨਾਂ ਦੇ ਪੱਖ ਦੀ ਗੱਲ ਕਰਦਾ ਹੈ ਉਹਦਾ ਫੇਲ ਹੋ ਚੁੱਕਾ ਇਹਦੇ ਪਿੱਛੇ ਟੋਟਲ ISI ਹੈ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਖਾਲਿਸਤਾਨ ਮੰਗਣ ਵਾਲਾ ਪਹਿਲਾਂ ਦੇਖੇ ਵੀ ਤੂੰ ਸਿੱਖ ਕਿੱਥੋਂ ਹੈ ਵਾਲ ਤੇਰੇ ਤੇ ਸਿਰ ਤੇ ਨਹੀਂ ਦਾੜੀ ਤੂੰ ਕੱਟੀ ਬੈਠਾ ਹੈ ਤੇ ਨਾਲ ਜਿਹੜੀ ਉਹ ਹਿੰਦੁਸਤਾਨ ਸਭ ਤੋਂ ਬਦਨਾਮ ਔਰਤ ਸੀ ਹਾਰਡ ਕੋਰ ਤੇ ਇੱਕ ਸੀ ਅੱਜ ਕੱਲ੍ਹ ਗਾਣਾ ਆਇਆ ਉੱਤੇ ਵਾਲ ਬੈਂਸ ਦਾ ਜਿਹੜੇ ਵਾਲ ਘਾਗੇ ਨੇ ਤੇ ਗੁਰੂ ਮਹਾਰਾਜ ਦਾ ਪਵਿੱਤਰ ਬਾਣਾ ਪਾ ਕੇ ਅਪਮਾਨ ਕੀਤਾ ਇੱਕ ਪਾਸੇ ਉਹ ਲੁੱਚੀ ਤੇ ਇੱਕ ਪਾਸੇ ਉਹ ਲੁੱਚਾ ਇਹ ਗਾਣਿਆਂ ਰਾਹੀਂ ਖਾਲਿਸਤਾਨ ਬਣਾਉਣਗੇ ਜਿਹੜਾ ਸੱਚਾ ਸਿੰਘ ਹੈ ਨਾ ਉਹ ਸਵੇਰੇ ਉੱਠ ਕੇ ਗੁਰੂ ਮਹਾਰਾਜ ਦਾ ਰਾਤ ਦਿਨ ਪਾਠ ਕਰਦਾ ਹੈ ਉਹਨੂੰ ਸਿੱਖ ਕਹਿੰਦੇ ਇਹ ਲਚਰ ਗਾਣੇ ਗਾਉਣ ਵਾਲੇ ਜਿਹੜੇ ਦੋ ਇੱਕ ਬਦਨਾਮ ਔਰਤ ਉਹਨੂੰ ਲੈ ਕੇ ਖਾਲਿਸਤਾਨ ਦੀਆਂ ਗੱਲਾਂ ਕਰਦਾ ਇਸ ਮੀਡੀਆ ਦੇ ਵਿੱਚ ਆਉਣ ਲਈ ਪਬਲਿਸਿਟੀ ਲੈਣ ਲਈ ਪਾਕਿਸਤਾਨ ਤੋਂ ਫੰਡਿੰਗ ਲੈਣ ਲਈ ISI ਤੋਂ ਫੰਡਿੰਗ ਲੈਣ ਲਈ ਇਹ ਸਿਰਫ ਇੱਕ ਡਰਾਮਾ ਹੈ ਔਰ ਦੁਨੀਆਂ ਦੇ ਵਿੱਚ ਬੈਠਾ ਹੋਇਆ ਸਿੱਖ ਮੈਂ ਤੈਨੂੰ ਗਾਰੰਟੀ ਨਾ ਕਹਿੰਦਾ ਗੁਰੂ ਮਹਾਰਾਜ ਜਾਂ ਸੱਚਾ ਸਿੱਖ ਉਹਦਾ ਖਾਲਿਸਤਾਨ ਨਾਲ ਕੋਈ ਸੰਬੰਧ ਨਹੀਂ ਉਹਦਾ ਸੰਬੰਧ ਹੈ ਤੇ ਗੁਰੂ ਮਹਾਰਾਜ ਨੂੰ ਪਵਿੱਤਰ ਨੂੰ ਸਿੱਖੀ ਨੂੰ ਕਲਰ ਕਰਨ ਦਾ ਇੱਕ ਮਿਸ਼ਨ ਉਹਨਾਂ ਦਾ ਇੱਕ ਕੰਮ ਹੈ ਜਿਹੜਾ ਸਵੇਰੇ ਸ਼ਾਮ ਕਰਦੇ ਨੇ ਇਹਨਾਂ ਦੇ ਕਰਕੇ ਆਪਾਂ ਪੂਰੀ ਦੁਨੀਆਂ ਦੇ ਸਿੱਖ ਸਮਾਜ ਨੂੰ ਕਦੇ ਵੀ ਬਦਨਾਮ ਨਹੀਂ ਕਰ ਸਕਦੇ ਕਦੇ ਵੀ ਪੰਨੂ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇਹ ਸਿਰਫ ਇੱਕ ਪਾਕਿਸਤਾਨ ਦਾ ਪਾਲਿਆ ਹੋਇਆ ਇੱਕ ਏਜੰਟ ਹੈ ਮੈਂ ਕਹਿੰਦਾ ਆ ਗਏ ਇੱਥੇ ਮੈਂ ਚਿੱਠੀ ਲਿਖਦਾ ਹੋਮ ਮਿਨਿਸਟਰ ਚ ਮੈਂ ਚਿੱਠੀ ਲਿਖਦਾ ਫੋਰਨ ਮਿਨਿਸਟਰ ਚ ਇਹਨੂੰ ਆਉਂਦੇ ਹੋ ਲਿਆਓ ਇੱਥੇ ਇਹਨੂੰ ਮੈਂ ਪੁੱਛਣਾ ਚਾਹੁੰਦਾ ਪੰਨੂ ਨੂੰ ਉਹ ਖਾਲਿਸਤਾਨ ਦਾ ਮਤਲਬ ਤਾਂ ਸਮਝਾ ਦੇ ਅੱਗੇ ਨਨਕਾਣਾ ਸਾਹਿਬ ਤਾਂ ਪਾਸਪੋਰਟ ਰਾਹੀਂ ਜਾਂਦੇ ਆ ਤੇ ਹੁਣ ਸਾਨੂੰ ਤੂੰ ਭੇਜਣਾ ਚਾਹੁੰਦਾ ਹੈ ਪਟਨਾ ਸਾਹਿਬ ਗੁਰੂ ਮਹਾਰਾਜ ਦਾ ਪਵਿੱਤਰ ਸਥਾਨ ਤੇ ਨਦੇੜ ਸਾਹਿਬ ਤੇ ਰਕਾਬਗੰਜ ਸਾਹਿਬ ਤੇ ਬੰਗਲਾ ਸਾਹਿਬ ਤੇ ਲਖਪਤ ਸਾਹਿਬ ਗੁਰਦੁਆਰਾ ਸਾਹਿਬ ਗੁਜਰਾਤ ਦੇ ਬਾਰਡਰ ਪਾਕਿਸਤਾਨ ਦੇ ਬਾਰਡਰ ਲੱਗਾ ਜਿੱਥੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਾਂ ਦੀਆਂ ਪਵਿੱਤਰ ਖੜਾਵਾਂ ਨੇ ਮੈਂ ਉੱਥੇ ਗਿਆ ਤੂੰ ਸਾਨੂੰ ਪਾਸਪੋਰਟ ਰਾਹੀਂ ਭੇਜਣਾ ਚਾਹੁੰਦਾ ਤੇਰੀ ਐਸੀ ਦੀ ਤੈਸੀ ਤੂੰ ਸਾਡੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਨੂੰ ਸਿੱਖ ਸਮਾਜ ਤੋਂ ਇੰਨਾ ਦੂਰ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਤੋਂ ਬਾਹਰ ਜਿਹੜਾ ਹਿੰਦੁਸਤਾਨ 'ਚ ਬੈਠਾ ਹੋਇਆ ਸਿੱਖ ਕਿਸੇ ਦੀ ਟਰਾਂਸਪੋਰਟ ਕਿਸੇ ਦੇ ਹੋਟਲ ਕੋਈ ਬਿਲਡਰ ਕੋਈ ਫੈਕਟਰੀ ਕੋਈ ਕਰੋੜਾਂ ਦਾ ਕਾਰੋਬਾਰ ਸਿੱਖੀ ਦਾ ਨਾਂ ਪ੍ਰਫੁੱਲਤ ਕੀਤਾ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਸਿੱਖ ਸਮਾਜ ਨੇ ਤੂੰ ਚਾਹੁੰਦਾ ਉਹ ਤੇਰੇ ਕਹਿਣ ਤੇ ਟੁੱਟ ਗਿਆ ਜਾ ਵਾਪਸ ਆ ਜਾਣ ਪੰਜਾਬ ਤੇ ਪੰਜਾਬ ਤੋਂ ਜਦੋਂ ਟਰੱਕ ਜਾਣਗੇ ਬੰਬੇ ਪਾਸਪੋਰਟ ਰਾਹੀਂ ਜਾਣਗੇ ਉਹ ਇਹਨੂੰ ਪਹਿਲੋਂ ਅਕਲ ਦਿਓ ਵੀ ਖਾਲਿਸਤਾਨ ਦਾ ਮਤਲਬ ਤਾਂ ਸਮਝਾ ਦੇ ਕੁੱਤਾ ਆਪਣੇ ਘਰ 'ਚ ਸ਼ੇਰ ਆਉਂਦਾ ਉੱਥੇ ਬੈਠਾ ਤੂੰ ਬੜਕਾ ਮਾਰਦਾ ਆ ਬੜਕਾ ਮਾਰ ਤੈਨੂੰ ਦੱਸੀਏ ਵੀ
की भा तेन विकती है तेन दसीए चार नाल सिंह साहब सजा के वह सिखी का भी तू नाल अपमान करी जाना बाने पवाई जाना सिखी दे सिखी का ना तो बदनाम तरा कर तू ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦਾ ਕਿ ਖਾਲਿਸਤਾਨ ਬਿੱਟੇ ਨੇ ਬਣ ਦਿੱਤਾ ਕਿੰਨੀਆਂ ਸ਼ਹਾਦਤਾਂ ਹੋਈਆਂ ਸਰੀਰ ਦਾ ਅੱਧਾ ਹਿੱਸਾ ਗਿਆ ਨਾ ਮੇਰਾ ਅੱਜ ਵੀ ਤਿਆਰ ਖੜੇ ਆ ਸਾਡੇ ਚ ਜੋਸ਼ ਹੈ ਕਿਉਂ ਗੁਰੂ ਤੇਗ ਬਹਾਦਰ ਮਹਾਰਾਜ ਪੰਜਾਬ ਨਹੀਂ ਕਹਿੰਦੇ ਸੀ ਹਿੰਦ ਦੀ ਚਾਦਰ ਮਤਲਬ ਹਿੰਦੁਸਤਾਨ ਦੀ ਚਾਦਰ ਅੱਜ ਬਿੱਟਾ ਹਿੰਦੁਸਤਾਨ ਚ ਕੋਨੇ ਕੋਨੇ ਚ ਘੁੰਮਦਾ ਹੈ ਬਿੱਟੇ ਦੀ ਕੋਈ ਪਛਾਣ ਨਹੀਂ ਬਿੱਟਾ ਮਿੱਟੀ ਚ ਰੁਲਦਾ ਫਿਰਦਾ ਪਹਿਚਾਣ ਹੈ ਤੇ ਪਗੜੀ ਦੀ ਹੈ ਕਿ ਹਿੰਦੁਸਤਾਨ ਮੇਰਾ ਹੈ ਮੈਂ ਕਹਿੰਦਾ ਹਿੰਦੁਸਤਾਨ ਸਾਡਾ ਤੂੰ ਸਾਨੂੰ ਪੰਜਾਬ ਚ ਵਾੜੀ ਜਾਣਾ ਓਏ ਤੂੰ ਉੱਥੇ ਬੈਠ ਕੇ ਡਰਾਮੇ ਕਰੀ ਜਾਣਾ ਇੱਥੇ ਸਾਡੇ ਨਾਲ ਜਾਤੀਆਂ ਹੁੰਦੀਆਂ ਤੂੰ ਬਹਿਸ ਤਾਂ ਕਰ ਮੇਰੇ ਨਾਲ ਬੁਲਾਓ ਇਹਨੂੰ ਕੱਲ ਪਰਸੋਂ ਚੌਥ ਨਾਲ ਮੇਰੇ ਨਾਲ ਬਹਿਸ ਕਰ ਸੱਚੇ ਸਿੱਖ ਜਿਹੜਾ ਸੱਚਾ ਸਿੱਖ ਨਾ ਗੁਰੂ ਮਹਾਰਾਜ ਦਾ ਕਰੀ ਸਾਹਮਣੇ ਪਿਕਚਰਾਂ ਚ ਨਹੀਂ ਆਉਂਦਾ ਪਬਲਿਸਿਟੀ ਚ ਨਹੀਂ ਆਉਂਦਾ ਅਸੀਂ ਗਲਤ ਕੰਮ ਨਹੀਂ ਕਰਦੇ ਸੱਚਾਈ ਤੇ ਅਸੀਂ ਲੜਦੇ ਹਾਂ ਕਿੱਥੇ ਸੀ ਇਹ ਕਿੱਥੇ ਸੀ ਜਦੋਂ ਕਾਬਲ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਡੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਛੋਟੇ ਛੋਟੇ ਬੱਚਿਆਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਦੇ ਉਹਨਾਂ ਦੇ ਪਿਤਾ ਦੇ ਉਹਨਾਂ ਦੀਆਂ ਭੈਣਾਂ ਦੇ ਕਤਲ ਕਰਦੇ ਤੇ ਛੋਟੇ ਛੋਟੇ ਬੱਚਿਆਂ ਦੇ ਸਾਹਮਣੇ ਨਨਕਾਣਾ ਸਾਹਿਬ ਸਾਡਾ ਗੁਰੂ ਮਹਾਰਾਜ ਦਾ ਅਪਮਾਨ ਕਿੱਥੇ ਸੀ ਪੰਨੂ ਤੂੰ ਕਿੱਥੇ ਸੀ ਕੀ ਆਵਾਜ਼ ਉਠਾਈ ਉਸ ਪਾਕਿਸਤਾਨ ਦੀ ਤੂੰ ਮਦਦ ਕਰਨਾ ਜਿਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਦਾ ਬੇਅਦਬੀ ਕੀਤੀ ਹੈ ਕਸ਼ਮੀਰ ਦੇ ਅੰਦਰ ਅੱਜ ਤੋਂ ਕਈ ਸਾਲ ਪਹਿਲੇ ਸਾਡੇ 50 ਦੇ ਕਰੀਬ ਸਿੱਖ ਸਮਾਜ ਦੇ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਭੈਣਾਂ ਨੂੰ ਮਾਵਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਬੱਚਿਆਂ ਦੇ ਸਾਹਮਣੇ ਕਿੱਥੇ ਸੀ ਤੂੰ ਉੱਥੇ ਤੇਰਾ ਜਸਟਿਸ ਕਿੱਥੇ ਸੀ ਪੰਨੂ ਦੱਸ ਮੈਨੂੰ ਹਿੰਦੁਸਤਾਨ ਦਾ ਆਰਮੀ ਦਾ ਚੀਫ ਕੌਣ ਰਿਹਾ ਜੇ ਜੇ ਸਿੰਘ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਕੌਣ ਰਿਹਾ ਡਾਕਟਰ ਮਨਮੋਹਨ ਸਿੰਘ ਕਿੰਨੇ ਸਾਲ ਰਿਹਾ 10 ਸਾਲ ਰਿਹਾ ਕਿਹੜੇ ਜਸਟਿਸ ਦੀ ਮੰਗ ਕਰਦਾ ਹੋਏ ਪੰਨੂ ਦੱਸ ਮੈਨੂੰ ਕਿਹੜੇ ਸਿੱਖਾਂ ਨੇ ਹੱਕ ਦੀ ਮੰਗ ਕਰਦਾ ਸਿੱਖਾਂ ਨੇ ਹੱਕ ਆਪਣਾ ਹੱਕ ਲੈ ਕੇ ਲੈਣਾ ਉਹਨਾਂ ਨੂੰ ਮਿਲਦਾ ਮੈਨੂੰ ਆਪਣਾ ਹੱਕ ਮਿਲਦਾ ਹੁਣ ਤੁਸੀਂ ਬੇਗੁਨਾਹਾਂ ਦੇ ਕਤਲੇਆਮ ਕਰਾ ਕੇ ਔਰ ਭੈਣਾਂ ਦੇ ਸੁਹਾਗ ਉਜਾੜ ਕੇ ਕਹੋ ਜੀ ਇਹਨੂੰ ਇਨਸਾਫ਼ ਦਿਓ ਵੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਗੁਰੂ ਮਹਾਰਾਜ ਨੇ ਮਾਨਵਤਾ ਦੀ ਰੱਖਿਆ ਲਈ ਸਿੱਖ ਕੌਮ ਸਜਾਈ ਸੀ ਅਸੀਂ ਮਾਰਤੇ ਬੇਗੁਨਾਹ ਲੋਕ ਰਸਤੇ ਅੱਜ ਟ੍ਰੇਨਾਂ 'ਚੋਂ ਕੱਢ ਕੇ ਬੱਸਾਂ 'ਚੋਂ ਕੱਢ ਕੇ ਘਰਾਂ 'ਚੋਂ ਕੱਢ ਕੇ ਇੱਕ ਲਾਈਨ ਦੇ ਵਿੱਚ ਖੜੇ ਕਰਕੇ ਮਾਰਦੇ ਕਿਉਂ ਨਿਹੱਥੇ ਲੋਕਾਂ ਨੂੰ ਮਾਰਤਾ ਕਿਉਂ ਉਹ ਬਹਾਦਰੀ ਸੀ ਆਓ ਕਿਸੇ ਨੇ ਲੜਨਾ ਸਾਹਮਣੇ ਆਉਣਾ ਫੜੋ ਬੰਦੂਕ ਨਾਲ ਮੈਂ ਫੜਦਾ ਆਓ ਸਾਹਮਣੇ ਲੜਦੇ ਇਹ ਤਾਂ ਬੁੱਝਣੀ ਹੈ AK-47 ਕਰੋ ਬੰਬ ਚਲਾਓ ਥਾੜ ਥਾੜ ਕਰ ਦਿਓ ਨਿਹੱਥੇ ਆਦਮੀ ਤੇ ਇਹ ਸਾਡੀ ਸਾਡੀ ਸਿੱਖ ਕੌਮ ਨੇ ਇਹ ਨਹੀਂ ਸਜਾਇਆ ਸੀ ਪਰ ਭਾਈ ਘਨੱਈਆ ਜੀ ਤੇ ਇਤਿਹਾਸ ਨੂੰ ਯਾਦ ਕਰ ਪੰਨੂ ਗੁਰੂ ਗੋਬਿੰਦ ਸਿੰਘ ਜੀ ਫੌਜਾਂ ਦਾ ਉਹ ਸੇਵਕ ਮੁਸਲਮਾਨ ਆਪਣੇ ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ ਸੀ ਔਰ ਗੁਰੂ ਮਹਾਰਾਜ ਨੂੰ ਸ਼ਿਕਾਇਤ ਲਾਈ ਘਨੱਈਆ ਜੀ ਤਾਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਨੇ ਫਿਰ ਤਿਆਰ ਹੋ ਜਾਂਦੇ ਮਾਰਨ ਲਈ ਉਹ ਪੁੱਛਿਆ ਭਾਈ ਘਨੱਈਆ ਜੀ ਕਹਿੰਦੇ ਨੇ ਮੈਨੂੰ ਤਾਂ ਹਰ ਮੁਸਲਮਾਨ ਹਰ ਹਿੰਦੂ ਮੁਸਲਮਾਨ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਨੇ ਆਹ ਸੀ ਸਾਡੀ ਮਾਨਵਤਾ ਔਰ ਤੁਸੀਂ ਪੈਸੇ ਦੀ ਖਾਤਰ ਸਾਡੇ ਐਡਾ ਪਵਿੱਤਰ ਸਾਡਾ ਧਰਮ ਦੁਨੀਆਂ ਦੇ ਅੰਦਰ ਐਡੀ ਸਾਡੀ ਸ਼ਾਨ ਇਸ ਪਗੜੀ ਦੀ ਔਰ ਤੁਸੀਂ ਉਹਨੂੰ ਨੁਕਸਾਨ ਜਾ ਰਹੇ ਹੋ ਤੁਸੀਂ ਉਹਨੂੰ ਦਾਗ ਲਾ ਰਹੇ ਹੋ ਕਿਹੜਾ ਖਾਲਸਾ ਬਣਾਓਗੇ ਯਾਦ ਰੱਖਣਾ ਪੰਨੂ ਮੈਂ ਇਤਿਹਾਸ ਹਾਂ ਮੌਤ ਤੋਂ ਹਜ਼ਾਰਾਂ ਵਾਰੀ ਬਚਿਆ 100-100 ਵਾਰੀ ਬੰਬ ਚਲਾਵਾ ਏ ਤੁਹਾਡੇ ਲੋਕਾਂ ਨੇ ਉਹਦੇ ਤੋਂ ਬਚਿਆ ਗਵਾਹ ਹਾਂ ਮੈਂ ਏਦਾਂ ਨਹੀਂ ਟੀਵੀਆਂ ਦੇ ਆ ਕੇ ਬੋਲਦਾ ਔਰ ਮੈਂ ਇਹ ਜਿਹੜੇ ਬੰਬ ਗੋਲੀਆਂ ਖਾ ਕੇ ਕੋਈ MLA ਦੀ ਟਿਕਟ ਨਹੀਂ ਲਈ ਕੋਈ ਰਾਜ ਸਭਾ ਦੀ ਟਿਕਟ ਨਹੀਂ ਲਈ ਕਿ ਸਾਡਾ ਕੋਈ ਹੋਰ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਵੇਚਿਆ ਨਹੀਂ ਆਪਣੇ ਕਰਤੱਵ ਨੂੰ ਵੇਚਣ ਕੁਰਬਾਨੀ ਕਰਬੂਨੀ ਕੋਈ ਨਹੀਂ ਸਾਡੀ ਇਹ ਤਾਂ ਮਿੱਟੀ ਚ ਰੋਲਦੇ ਫਿਰਦੇ ਹਾਂ ਅਸੀਂ ਵੇਚਿਆ ਕਿ ਅਸੀਂ ਕਰਤੱਵ ਨੂੰ ਪੂਰਾ ਕੀਤਾ ਮੈਂ ਇਤਿਹਾਸ ਹਾਂ ਹਰ ਚੀਜ਼ ਦਾ ਇਹ ਤਾਂ ਸਾਰੇ ਕੁਰਸੀਆਂ ਸਦਾ ਦੇ ਧਰਮ ਦੇ ਠੇਕੇਦਾਰ ਦੇ ਪੈ ਗਏ ਮੈਂ ਜਿਉਂਦਾ ਇਤਿਹਾਸ ਹਾਂ ਮੈਂ ਬੋਲਣਾ ਨਹੀਂ ਚਾਹੁੰਦਾ ਜ਼ਿਆਦਾ ਬੋਲਾਂਗਾ ਪੱਗ ਮੇਰੀ ਉਲੱਥਣੀ ਹੈ ਸਿੱਖੀ ਦੀ ਇਸ ਕਰਕੇ ਮੈਂ ਲਕਸ਼ਮਣ ਰੇਖਾ ਕਰੀ ਪਾਰ ਨਹੀਂ ਕਰਦਾ ਇਸ ਕਰਕੇ ਦੱਸ ਦਈਏ ਤੈਨੂੰ ਖਾਲਿਸਤਾਨ ਨਾ ਬਣਿਆ ਹੀ ਨਾ ਬਣਦਿਆਂ ਜਿਹੜੀਆਂ ਦੁਕਾਨਦਾਰੀਆਂ ਪੈਸੇ ਇਕੱਠੇ ਕਰਕੇ ਚਲਾਉਂਦਾ ਫਿਰਦਾ ਨਾ ਇਹ ਤੂੰ ਉੱਥੇ ਹੀ ਰੱਖ ਇੱਥੇ ਤੇਰਾ ਕੌਣ ਹੈ ਤੂੰ ਪੰਜਾਬ ਆਉਣ ਦੀ ਬਜਾਏ ਪਹਿਲਾਂ ਆ ਜਾ ਬੰਬੇ ਆ ਬੰਬੇ ਦੇ ਸਿੱਖਾਂ ਨੂੰ ਪੁੱਛ ਲੈ ਆ ਜਾ ਫਿਰ ਗੁਜਰਾਤ ਦੇ ਉਹਨਾਂ ਸਮਾਜ ਦੇ ਲੋਕਾਂ ਨੂੰ ਪੁੱਛ ਲੈ ਆ ਜਾ ਮੱਧ ਪ੍ਰਦੇਸ਼ ਉਹਨਾਂ ਸਿੱਖਾਂ ਨੂੰ ਪੁੱਛ ਲੈ ਆ ਜਾ ਦਿੱਲੀ ਦੇ ਸਿੱਖ ਸਮਾਜ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛ ਲੈ ਵੀ ਤੁਸੀਂ ਪੰਜਾਬ ਜਾਓਗੇ ਪੰਜਾਬ ਤਾਂ ਤੁਸੀਂ ਕਰਤਾ ਸਾਰਿਆਂ ਨੇ ਬਰਬਾਦ
ਪੰਜਾਬ 'ਚ ਸਾਡੇ ਪੱਲੇ ਰਿਹਾ ਕੁਛ ਨਹੀਂ, ਡਰੱਗਸ ਉੱਥੇ, ਕਤਲੇਆਮ ਉੱਥੇ ਹੋਇਆ, ਖੂਨ ਦੀਆਂ ਨਦੀਆਂ ਉੱਥੇ ਵਹੀਆਂ, ਐਡਾ ਸੁੰਦਰ ਪੰਜਾਬ, ਐਡੀ ਪ੍ਰਫੁੱਲਤ ਸਾਡੀ ਸਿੱਖੀ, ਵਿਦੇਸ਼ਾਂ ਤੋਂ ਆ ਕੇ ਸਾਡੀਆਂ ਭੈਣਾਂ ਮਾਵਾਂ ਅੰਗਰੇਜ਼ ਅੰਗਰੇਜ਼ ਨਾ ਅੰਗਰੇਜ਼ ਅਸੀਂ ਤਾਂ ਨਹੀਂ ਪਾ ਸਕੇ, ਉਹਨਾਂ ਨੇ ਸਿਰਾਂ 'ਤੇ ਪਾਈਆਂ ਦਸਤਾਰਾਂ ਅਤੇ ਅੰਮ੍ਰਿਤ ਛਕੇ, ਮੈਂ ਬਚਪਨ 'ਚ ਅੱਖਾਂ ਨਾਲ ਦੇਖੇ ਨੇ, ਔਰ ਤੁਸੀਂ ਸਾਡੇ ਸੰਸਕਾਰ ਉਸ ਸਾਡੀਆਂ ਕ੍ਰਿਤੀਆਂ ਖਤਮ ਕਰਤੀਆਂ, ਉਸ ਵੇਲੇ ਦੀਆਂ ਸਰਕਾਰਾਂ ਨੇ, ਉਸ ਵੇਲੇ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ, ਉਸ ਵਰਗੇ ਤੁਹਾਡੇ ਲੋਕਾਂ ਨੇ ਸਾਨੂੰ ਸਾਡੀ ਸਿੱਖੀ ਪ੍ਰਫੁੱਲਤ ਹੁੰਦੀ ਰੋਕ ਲਾਤੀ, ਤੁਸੀਂ ਅੱਜ ਚਾਰ ਦਿਨ ਬੀਤਦੇ ਨੇ ਫਿਰ ਤੁਸੀਂ ਡਰਾਮਾ ਸ਼ੁਰੂ ਕਰ ਦਿੰਦੇ ਹੋ, ਜੇ ਕੰਮ ਕਰਮ ਕਰਨਾ ਨਾ ਸਿੱਖੀ ਨੂੰ ਪ੍ਰਫੁੱਲਤ ਕਰੋ, ਜਿਸ ਤਰ੍ਹਾਂ ਵਿਦੇਸ਼ਾਂ 'ਚ ਹੋਰ ਲੋਕ ਸਿੱਖੀ ਨੂੰ ਪ੍ਰਫੁੱਲਤ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ ਕਦੇ ਮਨਾਉਂਦੇ ਆ ਦੇਖਿਆ ਪੰਨੂ ਨੂੰ, ਆਹ ਕੱਲ ਹੀ ਨਿਕਲਿਆ ਹਜੇ ਕੁਛ ਦਿਨ ਪਹਿਲਾਂ, ਕੌਣ ਸੀ ਹਰਿ ਸਿੰਘ ਨਲੂਆ ਜਿਹੜੇ ਨਾਂ ਤੇ ਕੰਧਾਰ ਤੱਕ ਅੱਜ ਤੱਕ ਮਾਵਾਂ ਕਹਿੰਦੀਆਂ ਨਲੂਆ ਆ ਗਿਆ, ਔਰ ਉਸ ਧਰਤੀ ਉੱਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਧਰਮ ਸਥਾਨ, ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਬੱਚਿਆਂ ਦੇ ਸਾਹਮਣੇ ਮਾਵਾਂ ਪਿਤਾ ਨੂੰ ਕਤਲ ਕਰਤਾ, ਉਹ ਸਾਡਾ ਯੋਧਾ ਹੋਏ, ਉਹਨਾਂ ਦੇ ਜਨਮ ਦਿਨ ਤੁਹਾਨੂੰ ਯਾਦ ਨਹੀਂ, ਉਹਨਾਂ ਦੇ ਜਨਮ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਦੇ, ਹਰਿ ਸਿੰਘ ਨਲੂਆ ਦੇ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਉਹਨਾਂ ਦੇ ਤੁਹਾਨੂੰ ਇਤਿਹਾਸ ਯਾਦ ਨਹੀਂ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਹੋ, ਉਹ ਅੰਮ੍ਰਿਤਸਰ ਕੰਪਨੀ ਬਾਗ ਦੇ ਵਿੱਚ ਸਟੈਚੂ ਹੈ ਮਹਾਰਾਜਾ ਰਣਜੀਤ ਸਿੰਘ ਦਾ, ਕੋਈ ਉੱਥੇ ਫੁੱਲ ਚੜਾਉਣ ਨਹੀਂ ਜਾਂਦਾ, ਆਹ ਤੁਸੀਂ ਸਾਡੀ ਸਿੱਖੀ ਨੂੰ ਕਿੱਥੇ ਪਹੁੰਚਾ ਕੇ ਰੱਖ ਦਿੱਤਾ, ਮੈਂ ਵੀ ਪਾਪੀ ਹਾਂ ਉਹਦੇ ਵਿੱਚ, ਮੈਂ ਵੀ ਗੁਨਾਹਗਾਰ, ਤੈਨੂੰ ਸਵਾਲ ਪੁੱਛਣਾ ਚਾਹੁੰਦਾ ਕਦੋਂ ਮਨਾਇਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ, ਤੈਨੂੰ ਪੁੱਛਣਾ ਚਾਹੁੰਦਾ ਕਦੋਂ ਮਨਾਇਆ ਹਰਿ ਸਿੰਘ ਨਲੂਆ ਦਾ ਜਨਮ ਦਿਨ, ਅਮਰੀਕਾ ਨੇ ਉਹ ਵਾਈਟ ਹਾਊਸ ਦੇ ਬਾਹਰ ਹਰਿ ਸਿੰਘ ਨਲੂਆ ਲਾਉਣ ਦਾ ਸਟੈਚੂ ਲਾਉਣ ਲਈ ਹਿੰਦੁਸਤਾਨ ਤੋਂ ਪਰਮਿਸ਼ਨ ਮੰਗੀ ਸੀ, ਚੋਰੀ ਤੋਂ ਅੱਗੇ ਆਇਆ, ਕੋਈ ਪਰਮਿਸ਼ਨ ਨਹੀਂ ਮਿਲੀ, ਕੌਣ ਸੀ ਹਰਿ ਸਿੰਘ ਨਲੂਆ, ਗੱਲਾਂ ਕਰਦਾ ਤੂੰ, ਮੈਂ ਖਾਲਿਸਤਾਨ ਬਣਾਵਾਂਗਾ, ਮਹਾਰਾਜਾ ਰਣਜੀਤ ਸਿੰਘ ਦਾ ਬਣਾਵਾਂਗਾ, ਕਿੱਥੋਂ ਬਣਾ ਲੇਗਾ ਤੂੰ, ਤਾਂ ਉਹਦਾ ਜਨਮ ਦਿਨ ਨਹੀਂ ਜਾਣਦਾ, ਮਹਾਰਾਜਾ ਰਣਜੀਤ ਸਿੰਘ ਕੌਣ ਸੀ, ਬਣਾਉਂਦਾ ਪੰਜਾਬ 'ਚ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਕੋਈ ਬਣਾਉਂਦਾ, ਚੌਥੇ ਦਿਨ ਕਿਰਪਾਨਾ ਕੱਢ ਲਓ ਹਰਿਮੰਦਰ ਸਾਹਿਬ ਦੇ ਅੰਦਰ, ਖਾਲਿਸਤਾਨ ਜਿੰਦਾਬਾਦ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਯਾਦ ਕਰ ਲਓ ਭਾਈ, ਮਹਾਰਾਜਾ ਰਣਜੀਤ ਸਿੰਘ ਜੀ ਕੌਣ ਸਨ, ਹਰਿ ਸਿੰਘ ਨਲੂਆ ਜੀ ਕੌਣ ਸਨ, ਇਤਿਹਾਸ ਤਾਂ ਤੁਹਾਨੂੰ ਯਾਦ ਨਹੀਂ, ਤੇ ਪਾ ਕੇ ਬਾਣੇ ਤੁਸੀਂ ਗੁਰੂ ਮਹਾਰਾਜ ਜੀ ਪਵਿੱਤਰ ਬਾਣਿਆਂ ਨੂੰ ਬਦਨਾਮ ਕਰਦੇ ਹੋ, ਪਵਿੱਤਰ ਸਿੱਖੀ ਨੂੰ ਬਦਨਾਮ ਕਰਦੇ ਹੋ ਤੁਸੀਂ, ਉਹ ਮੇਰੀ ਗੱਲ ਕਿੰਨੀ ਵਾਰੀ ਕਿੰਨੇ ਸਾਲਾਂ ਦਾ ਦੇਖ ਚੁੱਕੇ ਆ, ਜਦੋਂ ਉਹ ਦਿਨ ਆਉਂਦਾ ਹੈ ਹਰਿਮੰਦਰ ਸਾਹਿਬ ਦਾ ਇਹੋ ਜਿਹਾ ਕੰਟਰੋਵਰਸੀ ਦਿਨ ਆਉਂਦਾ ਹੈ, ਦੋ ਪਾਸੇ ਦੁਕਾਨਦਾਰੀਆਂ ਸ਼ੁਰੂ ਹੁੰਦੀਆਂ ਨੇ, ਇੱਕ ਪਾਸੇ ਚੰਦ ਲੋਕ ਦੁਕਾਨਦਾਰੀ ਲੈਣ ਲਈ ਰੌਲਾ ਪਾਉਂਦੇ ਨੇ ਵੀ ਸਾਨੂੰ ਸਾਨੂੰ ਗਨਮੈਨ ਮਿਲ ਜਾਣ, ਗਨਮੈਨ ਗੰਦੇ ਬਿਆਨ ਦੇਣਗੇ, ਉਹ ਵੀ ਗਲਤ ਹੈ, ਹੋ ਗਿਆ ਹੁਣ ਉਹਨੂੰ ਆਪਾਂ ਉਹਨਾਂ ਗੱਲਾਂ ਨੂੰ ਭੁੱਲ ਕੇ ਅੱਗੇ ਰਸਤੇ ਨੂੰ ਬਣਾਈਏ, ਇੱਕ ਪਾਸੇ ਚਾਰ ਬੰਦੇ ਖਾਲਿਸਤਾਨ ਦੇ ਨਾਰੇ ਲਾਉਂਦੇ, ਸਿਰਫ ਚਾਰ ਬੰਦੇ ਤੇ ਫੋਰਸ ਲਾ ਦੇ ਨੇ ਹਜ਼ਾਰਾਂ ਦੀ, ਤੇ ਜਿਹੜਾ ਦੁਨੀਆਂ ਦੇ ਵਿੱਚ ਬੈਠਾ ਹੋਇਆ ਇਕੱਲਾ ਸਿੱਖ ਨਹੀਂ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਫੋਰਨਰ, ਜਰਮਨੀ, ਫਰਾਂਸ, ਅਮਰੀਕਾ, ਕੈਨੇਡਾ, ਦੁਨੀਆਂ ਦੇ ਵਿੱਚ ਸਿੱਖਾਂ ਨੂੰ ਅਲੱਗ ਕਰਕੇ ਦੂਜਿਆਂ ਨੂੰ ਕਹੋ, ਸਭ ਤੋਂ ਜ਼ਿਆਦਾ ਨਮਸਤਕ ਕਰਨ ਹਰਿਮੰਦਰ ਸਾਹਿਬ ਆਉਂਦਾ, ਸਿੱਖ ਕੌਮ ਤੋਂ ਵੀ ਜ਼ਿਆਦਾ, ਤੇ ਉਹਨਾਂ ਦੇ ਵਿੱਚ ਤੁਸੀਂ ਦਹਿਸ਼ਤ ਫੈਲਾਉਂਦੇ ਹੋ ਦੁਨੀਆਂ 'ਚ, ਜਦੋਂ ਇੰਟਰਨੈਟ ਤੇ ਜਦੋਂ ਗੂਗਲ ਤੇ ਦੇਖਦੇ ਨੇ ਕਹਿੰਦੇ ਅਸੀਂ ਨਹੀਂ ਜਾਣਾ ਉੱਥੇ, ਉੱਥੇ ਤਾਂ ਕਿਰਪਾਨਾ ਚੱਲ ਗਈਆਂ, ਆਹ ਸਿੱਖੀ ਨੂੰ ਪ੍ਰਫੁੱਲਤ ਕਰਦੇ ਹੋਏ, ਉਹ ਐਡਾ ਪਵਿੱਤਰ ਸਥਾਨ, ਤੁਸੀਂ ਪਵਿੱਤਰ ਸਥਾਨ ਨੂੰ ਅੱਗੇ ਅਸੀਂ ਰਲ ਮਿਲ ਕੇ ਸਾਰਿਆਂ ਨੇ ਬਦਨਾਮ ਕੀਤਾ, ਅੱਜ ਉਸ ਪਵਿੱਤਰ ਸਥਾਨ ਨੂੰ ਤੁਸੀਂ ਫੇਟੇ 'ਚ ਪਹੁੰਚਾਉਣਾ ਚਾਹੁੰਦੇ ਹੋ, ਤਪਾਂ ਜਪਾਂ ਨਾਲ ਸੱਜੀ ਹੋਈ ਧਰਤੀ ਜਿੱਥੇ ਧੰਨ ਧੰਨ ਮਹਾਰਾਜ ਬਾਬਾ ਬੁੱਢਾ ਜੀ ਮਹਾਰਾਜ ਗੁਰਦਾਸ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਨੀਂਹ ਪੱਥਰ ਰੱਖਿਆ, ਕੀ ਹੋਇਆ ਅਕਾਲ ਤਖ਼ਤ ਦਾ ਹਾਲ, ਕੀ ਕੀਤਾ ਪਵਿੱਤਰ ਸਥਾਨ ਦਾ ਹਾਲ, ਕੌਣ ਸੀ ਇਹਦਾ ਜ਼ਿੰਮੇਦਾਰ, ਕਦੀ ਕੋ ਗਿਆ, ਉਸ ਵੇਲੇ ਦੀਆਂ ਸੱਤਾ 'ਚ ਬੈਠੀਆਂ ਹੋਈਆਂ ਪੋਲੀਟੀਕਲ ਪਾਰਟੀਆਂ, ਉਸ ਵੇਲੇ ਦੀਆਂ ਸੈਂਟਰ ਦੀਆਂ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਆਂ, ਉਸ ਵੇਲੇ ਦੀਆਂ ਧਰਮ ਦੇ ਠੇਕੇਦਾਰਾਂ ਦੇ ਕਰਕੇ ਸਾਡੇ ਹਰਿਮੰਦਰ ਸਾਹਿਬ ਦਾ ਐਡਾ ਵੱਡਾ ਨੁਕਸਾਨ ਹੋਇਆ, ਪਵਿੱਤਰ ਸਥਾਨ, ਸਾਡੇ ਗੁਰੂ ਮਹਾਰਾਜ ਉਸ ਵੇਲੇ ਕਹਿੰਦੇ ਸੀ ਜੇ ਜੰਗ ਹੋਏਗੀ ਨਾ ਜੰਗ ਤੇ ਹਰਗੋਬਿੰਦ ਜੀ ਦਾ ਕਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਅੱਜ ਕੱਲ੍ਹ ਉੱਥੇ ਕੁਛ ਹੋਰ ਬਣ ਗਿਆ, ਉਹ ਕਿਲ੍ਹਾ ਰੱਖਿਆ ਸੀ ਵੀ ਜੰਗ ਇੱਥੇ ਕਰਾਂਗੇ, ਤੁਸੀਂ ਉਹਨੂੰ ਜੰਗ ਦਾ ਸਥਾਨ ਬਣਾਤਾ, ਮੈਂ ਇੱਕ ਗੱਲ ਮੈਂ ਕਹਿ ਰਿਹਾ ਅੱਜ ਵੀ ਕਿਸੇ ਨੂੰ ਕਹੀ ਸੀ ਤੁਹਾਨੂੰ ਸਪਸ਼ਟ ਕਹਿ ਰਿਹਾ, ਮੈਂ ਪੁਰਾਣੇ ਇਤਿਹਾਸ ਤੇ ਖੂਨੀ ਪੰਨੇ ਖੋਲਣਾ ਨਹੀਂ ਚਾਹੁੰਦਾ, ਜੇ ਮੈਂ ਗੁਰੂ ਮਹਾਰਾਜ ਦਾ ਸੱਚਾ ਸਿੱਖ ਹੁੰਦਾ, ਹਰਿਮੰਦਰ ਸਾਹਿਬ ਦੇ ਅੰਦਰ ਹੁੰਦਾ, ਹੁੰਦੀਆਂ ਫੌਜਾਂ, ਬਾਹਰ ਆਈਆਂ ਤੋਪਾਂ, ਬਾਹਰ ਸੀ ਗੋਲੀਆਂ, ਮੈਨੂੰ ਕਹਿੰਦੇ ਭਾਈ ਜਾ ਤੇ ਆ ਜਾ ਬਾਹਰ, ਨਹੀਂ ਤੇ ਹਮਲਾ ਕਰਾਂਗੇ ਗੁਰਦੁਆਰਾ ਸਾਹਿਬ ਤੇ, ਜੇ ਪਵਿੱਤਰ ਸਿੱਖ ਹੁੰਦਾ, ਗੁਰੂ ਮਹਾਰਾਜ ਜੀ ਕਸਮ ਖਾ ਕੇ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਨੂੰ ਢਾਲ ਤੇ ਕਵਿਤਾ ਬਣਾਉਂਦਾ, ਦੁਬਾਰਾ ਫਿਰ ਕਹਿੰਦਾ
मैं अपनी जान नू बचाउण लई गुरुद्वारा साहब तपा जपा नाल सजी होई उस साडी पवित्र स्थान जिथे बाबा बुढ़ा जी गुरदास जी ने काल तख्त साहब की नींह रखी, मैं उन्हूं कवच ना बनाऊंदा। मैं आके कसम गुरु महाराज जी, छाती खोल के मारो किनिया गोलियां मेरे शरीर ते ठोक दो, मेरे नस भी ना बचे, पर मेरे गुरु महाराज की तपा जपा दे नाल सजी हुई पवित्र धरती पवित्र स्थान उत्थे एक कंकर भी नहीं लगना चाहिए, मेरी जान चले जाए। इहनू कहिंदे सिक्की माईदा लाल को मेरे नाल मैनू जवाब देने वाला वड्डिया वड्डिया गल्लां कर। मैं इतिहास नू देखिया, अपनी अखां नाल देखिया, असीं वो लोह संगतां जिन्हां ने बंदूक नहीं सी फड़ी, जिहड़े गुरु महाराज दे चरणां च रोज आउंदे सी, चाहे बंदूकां चाहे गोलियां दे साए दे अंदर होण, उह कहिंदे असीं मत्था टेकांगे। तुसीं संगतां वी मरवातीआं होए, तुसीं अकाल तख्त साहब दा वी अपमानता होए, तुसीं 84 दे दंगे वी कराते होए। 84 दे दंगे क्यों होए? पूरे देश दे अंदर साडियां गलतियां ना होए। एक कनी गल करांगा, सरकार दी वी गलती सी, एजेंसियां दी गलती सी, ते आ लोक जिहड़े सरकारां दे अड़किआं दे विच आके छोटे छोटे लालचां दे विच सरकारां ने इहनूं इहनां नूं पिट्ठू बनाया, उस तों बाद जदों देखिआ मीडिया दे विच आ गए गज वज के सरकारां नूं छड्ड के परे, फिर कहिंदे असीं खालिस्तान बनावांगे, फिर पाकिस्तान नाल मिल गए। की इह सी इहनां दा कम्म? की गुरु महाराज दी पवित्र रूप पवित्र सिक्खी नूं प्रफुल्लित कीता? कदी सोचिआ इतिहास नूं? लोकां ने तां किताबां लिख छड्डीआं, मैं तां अक्खां नाल देखिआ। आ जाओ को मेरे नाल बहस करन वाला, आ जाओ। मैं तैनूं फिर कहना, जिथे गुरु महाराज जी पवित्र हुण तुहाडा लुच्चे सौदे दी आपां बार बार गल करदे आ, किथे सी पन्नू? किथे सी सिख संतावां? निकलिया मैं, बिल्कुल कृपा नाल।